ਖਾ ਵੋਟਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਤ ਹੱਕ ਦੇ ਵਿੱਚ ਇੱਕ ਵੱਡਾ ਫਰਤਵਾ ਦਿੱਤਾ ਸੀ ਉਦੋਂ ਤੋਂ ਲੈ ਕੇ ਬਾਹਰ ਲਿਆਉਣਾ ਚਾਹੀਦਾ ਸੀ ਬੜੀ ਬੜੀ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਹੁਣ ਤਾਂ ਲੋਕ ਸਭਾ ਦਾ ਸੈਸ਼ਨ ਵੀ ਖਤਮ ਹੋ ਗਿਆ ਹੈ ਜਿਸ ਦੇ ਵਿੱਚ ਸੋਚ ਕਾਈ ਜਾਣੀ ਸੀ ਤੇ ਸਾਰੇ ਐਮਪੀ ਜਿਹੜੇ ਐ ਉਸੋਂ ਚੱਕ ਸੁੱਕੇ ਸੀ ਇੱਕ ਜੰਮੂ ਕਸ਼ਮੀਰ ਨਾਲ ਸੰਬੰਧਿਤ ਨੇ ਇੰਜੀਨੀਅਰ ਰਾਸ਼ਿਦ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਰਹਿ ਕੇ ਇਲੈਕਸ਼ਨ ਜਿੱਤੀ ਹੈ ਤੇ ਦੂਸਰਾ ਭਾਈ ਅਮਰਪਾਲ ਸਿੰਘ ਹੁਣ ਇਸ ਗੱਲ ਦੀ ਜਿਹੜੀ ਐ ਸਾਨੂੰ ਆਪਣੇ ਸੂਤਰਾਂ ਤੋਂ ਪੁਸ਼ਟੀ ਹੋ ਚੁੱਕੀ ਹੈ ਪ੍ਰੋਸੀਕ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਦਿੱਲੀ ਪਹੁੰਚਣਗੇ ਉਹਨਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾ ਹੇਠ ਦਿੱਲੀ ਲਿਜਾਇਆ ਜਾਊਗਾ ਜਿੱਥੇ ਦੇਸ਼ ਦੇ ਲੋਕ ਸਭਾ ਸਪੀਕਰ ਜਿਹੜੇ ਓਮ ਬਿਰਲਾ ਨੇ ਉਹਨਾਂ ਨੂੰ ਸਵਾਗਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕੋ ਸਾਨੂੰ ਸੋਸ਼ਲ ਮੀਡੀਆ ਤੋਂ ਅੱਜ को 11 12 ਵਜੇ ਤੋਂ ਬਾਅਦ ਪਤਾ ਲੱਗਾ ਕਿ ਉਹਨਾਂ ਨੂੰ ਜਿਹੜੀ ਆਗਿਆ ਮਿਲ ਗਈ ਆ ਸੌ ਚੁੱਕਣ ਦੀ ਤੇ ਉਹਨਾਂ ਧੰਨਵਾਦ ਆ ਜਿਨ੍ਹਾਂ ਨੇ ਇਹ ਯਤਨ ਕੀਤਾ ਅਸੀਂ ਤੇ ਚਾਹੁੰਦੇ ਸੀਗੇ ਕਿ ਇਹ ਜਿਹੜਾ ਇਹ ਜਿਵੇਂ 24 ਤੋਂ 26 ਤੱਕ ਦਾ ਸੌ ਚੁੱਕ ਸਮਾਗਮ ਵੀ ਬਾਕੀ ਮੈਂਬਰਾਂ ਦੇ ਨਾਲ ਹੀ ਸੌ ਚੁੱਕੀ ਜਾਂਦੀ ਪਰ ਚਲੋ देर आए दुरुਸਤ ਆ ਤੇ ਬਹੁਤ ਵਧੀਆ ਲੱਗਾ ਕਿਉਂਕਿ ਬਹੁਤ ਲੋਕਾਂ ਦੀ ਭਾਵਨਾਵਾਂ ਜੁੜੀਆਂ ਸਾਨੂੰ ਡੇਲੀ ਪਤਾ ਨਹੀਂ ਕਿੰਨੇ ਫੋਨ ਲੋਕਾਂ ਨੂੰ ਦੱਸਣਾ ਪੈ ਰਿਹਾ ਹੈਗਾ ਅਜੇ ਤੱਕ ਸਾਡੇ ਕੋਲ ਕੋਈ ਅਪਡੇਟ ਨਾ ਹੋਣ ਦੇ ਕਰਕੇ ਤੇ ਅਸੀਂ ਲੋਕਾਂ ਨੂੰ ਸਹੀ ਦੱਸ ਨਹੀਂ ਰਿਹਾਏ ਤੇ ਅੱਜ ਸਾਨੂੰ ਪਤਾ ਲੱਗਾ ਤੇ ਬਹੁਤ ਖੁਸ਼ੀ ਵੀ ਆ ਤੇ ਲੋਕਾਂ ਨੂੰ ਵੀ ਚਲੋ ਬਹੁਤ ਖੜੂਰ ਸਾਹਿਬ ਹਰਕੇ ਤੇ ਪੰਜਾਬ ਵਾਸੀਆਂ ਦੇ ਸਾਰਿਆਂ ਨੂੰ ਲੋਕਾਂ ਨੂੰ ਜਿਹੜੇ ਕਿ ਉਹਨਾਂ ਨਾਲ ਜੁੜੇ ਹੋਏ ਉਹਨਾਂ ਨੂੰ ਬੜੀ ਖੁਸ਼ੀ ਵੀ ਬਿਨਾਂ ਸ਼ੱਕ ਇੱਕ ਸੁਭਾਵਕ ਹੈ ਕਿ ਪਰਿਵਾਰ ਦੀ ਵੀ ਇਹ ਇੱਕ ਤਮੰਨਾ ਹੋਊਗੀ ਇੱਛਾ ਹੋਊਗੀ ਕਿ ਸਾਰਾ ਪਰਿਵਾਰ ਉੱਥੇ ਜਰੂਰ ਮੌਜੂਦ ਰਹੇ ਕੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਸਰਕਾਰ ਵੱਲੋਂ ਅਧਿਕਾਰੀਆਂ ਵੱਲੋਂ ਕੋਈ ਦਿੱਤੀ ਗਈ ਹੈ ਜਾਣਕਾਰੀ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਹੈ ਨਹੀਂ ਅਸੀਂ ਆਪਣੇ ਤੌਰ ਤੇ ਯਤਨ ਕਰਾਂਗੇ ਵੀ ਕਿੰਨੇ ਕੁ ਉੱਥੇ ਮੈਂਬਰ ਜਾ ਸਕਦੇ ਜਾਂ ਕੀ ਪਾਸ ਬਣਾਉਣ ਦਾ ਕੀ ਪ੍ਰੋਸੈਸ ਵਾ ਜਿਵੇਂ ਉਹ ਹਦਾਇਤਾਂ ਆਉਣਗੇ ਉਹਨੂੰ ਫਾਲੋ ਕਰਾਂਗੇ ਕੋਈ ਪੂਰੀ ਕੋਸ਼ਿਸ਼ ਰਹੂਗੀ ਕਿ ਜਿਹੜੀ ਸੌਚੁਕ ਸਮਾਗਮ ਚ ਪਰਿਵਾਰ ਪਹੁੰਚੇ ਹਾਂਜੀ ਹਾਂਜੀ ਕੋਸ਼ਿਸ਼ ਤੇ ਦੇਖੋ ਬੜੇ ਪ੍ਰਸ਼ੰਸਕ ਵੀ ਜਿਹੜੇ ਉਹਨਾਂ ਦੇ ਹੈਗੇ ਉਹ ਵੀ ਬੜੇ ਸਾਨੂੰ ਫੋਨ ਕਰ ਰਹੇ ਕਿ ਅਸੀਂ ਵੀ ਉੱਥੇ ਜਾਣਾ ਪਹੁੰਚਣਾ ਵਾ ਪਰ ਦੇਖੋ ਜੇ ਉੱਥੇ ਦਾ ਜਿਵੇਂ ਸਾਨੂੰ ਅੱਗੇ ਆ ਜਾਂ ਪ੍ਰਸ਼ਾਸਨ ਕਵੇਗਾ ਉੱਥੇ ਦਾ ਜੋ ਰੂਲ ਰੈਗੂਲੇਸ਼ਨ ਨੂੰ ਫਾਲੋ ਕਰਨਾ ਪਵੇਗਾ ਉਹਦੇ ਮਤਲਬ ਲੋਕ ਸਭਾ ਮੈਂਬਰ ਸਰਜੀਤ ਸਿੰਘ ਖਾਲਸਾ ਹਰਣਾ ਨੇ ਵੀ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਇਹ ਮੀਟਿੰਗ ਹੈ ਉਹ ਦੇਸ਼ ਦੇ ਲੋਕ ਸਭਾ ਦੇ ਸਪੀਕਰ ਨੇ ਜੋ ਓਮ ਬਿਰਲਾ ਉਹਨਾਂ ਨਾਲ ਇਸ ਬੰਦ ਚ ਹੋ ਚੁੱਕੀ ਹੈ ਔਰ ਸਪੀਕਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ 5 ਜੁਲਾਈ ਨੂੰ ਭਾਈ ਅਮਰਪਾਲ ਸਿੰਘ ਸੌਂਚ ਹਾਂਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਖਾਲਸਾ ਜੀ ਦਾ ਉਹਨਾਂ ਦੇ ਨਾਲ ਸਾਡੀ ਅ ਦੋ ਤਿੰਨ ਦਿਨ ਤੋਂ ਗੱਲਬਾਤ ਚੱਲ ਰਹੀ ਹੈ ਕੱਲ ਵੈਸੇ ਸਾਡਾ ਜਾਣ ਦਾ ਪ੍ਰੋਗਰਾਮ ਸੀ ਅੱਜ ਉਹਨਾਂ ਨੂੰ ਮਿਲਣਾ ਸੀਗਾ ਪਰ ਫਿਰ ਸਾਨੂੰ ਪਤਾ ਲੱਗਾ ਕਿ ਇੱਕ ਦਿਨ ਹੋਰ ਵੇਟ ਕਰਨੀ ਚਾਹੀਦੀ ਹੈ ਸ਼ਾਇਦ ਸਰਕਾਰ ਕੋਈ ਕਦਮ ਉਠਾਵੇ ਕਿਉਂਕਿ ਇਹ ਤੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਫਿਰ ਅਸੀਂ ਉਹਨਾਂ ਦੀ ਉਹਨਾਂ ਦੀ ਡਿਊਟੀ ਲੈ ਕੇ ਤੁਸੀਂ ਸਾਡੇ ਪੱਧਰ ਤੇ ਆਪਣੇ ਪੱਧਰ ਤੇ ਉਹਨਾਂ ਨੂੰ ਮਿਲ ਕੇ ਤੇ ਪਤਾ ਕਰੋ ਵੀ ਕੀ ਰੁਕਾਵਟ ਆ ਰਹੀ ਹੈ ਪਰ ਇੱਕ ਵੱਡਾ ਸਵਾਲ ਜ਼ਰੂਰ ਹੈ ਭਾਜੀ ਕਿ ਐਡਾ ਵੱਡਾ ਫਤਵਾ ਜਿਹੜਾ ਦਿੱਤਾ ਹੈ ਲੱਖਾਂ ਲੋਕਾਂ ਨੇ ਜਿਹੜਾ ਭਾਈ ਅਮਰਿਤਪਾਲ ਸਿੰਘ ਦੇ ਵਿੱਚ ਵਿਸ਼ਵਾਸ ਦਾ ਬਖਟਾਵਾ ਕੀਤਾ ਹੈ ਜਿੱਤ ਬੜੀ ਵੱਡੀ ਜਿਹੜੀ ਹੋਈ ਹੈ ਤਾਂ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਲਟਕਾਇਆ ਜਾਣਾ ਇਹ ਮਾਮਲਾ ਸੋਚ ਕਰਨ ਦਾ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰੀ ਕਿ ਸੈਸ਼ਨ ਵੀ ਹੁਣ ਤਾਂ ਖਤਮ ਹੋ ਚੁੱਕਿਆ ਹੈ ਪਰ ਕਿਤਨਾ ਕਿਤੇ ਭਾਵਨਾਵਾਂ ਦੀ ਨਰਾਦਰ ਕੀਤਾ ਗਿਆ ਇਹ ਬਿਲਕੁਲ ਬੜੀ ਵੱਡੀ ਨਰਾਦਰੀ ਹੈ ਦੇਖੋ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਲੋਕਤੰਤਰ ਦਾ ਬੜਾ ਢੰਡੋਰਾ ਪਿੱਟਦੀ ਆ ਤੇ ਉਹ ਦੇਖੋ ਲੋਕਾਂ ਦੇ ਫਤਵੇ ਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਸਿਰ ਉੱਤੇ ਮੰਨਣਾ ਚਾਹੀਦਾ ਸੀ ਤੇ ਜਿਹੜੇ ਝੂਠੇ ਕੇਸ ਇਹ ਬਣਾਇਆ ਗਿਆ ਹੈ ਐਨਐਸਏ ਜਿਹੜਾ ਇਹਨੂੰ ਇਹਨਾਂ ਦਾ ਫਰਜ਼ ਬਣਦਾ ਸੀ ਪਹਿਲੀ ਕੈਬਨਿਟ ਦੇ ਵਿੱਚ ਹੀ ਵਾਪਸ ਲੈਂਦੇ ਤੇ ਲੋਕ ਕਹਿੰਦੇ ਕਿ ਚਲੋ ਫਿਰ ਵੀ ਕਿਤੇ ਕੋਈ ਸਰਕਾਰ ਕੋਈ ਜਾਂ ਕਿਸ ਤਰ੍ਹਾਂ ਕੋਈ ਗਲਤੀ ਹੋ ਗਈ ਹੈ ਤੁਹਾਨੂੰ ਇਸ ਦਾ ਧਿਆਨ ਦਾ ਜਤਨ ਕਰ ਰਹੇ ਆ ਪਰ ਸਰਕਾਰ ਪਤਾ ਨਹੀਂ ਅਜੇ ਕਿਸ ਚੀਜ਼ ਦੀ ਵੇਟ ਕਰ ਰਹੀ ਹੈ ਕਿ ਜਿਹੜੀ ਉਹ ਇੰਨਾ ਟਾਈਮ 1 ਮਹੀਨੇ ਤੱਕ ਲਗਭਗ ਲੱਗ ਗਈ ਆ ਤੇ ਉਹਨਾਂ ਦੇ ਨਾਲ ਸੋਂ ਜਿਹੜੇ ਦੂਜੇ ਮੈਂਬਰਾਂ ਦੇ ਨਾਲ ਚੁੱਕੀ ਜਾਂਦੀ ਤੇ ਹੋਰ ਵੀ ਵਧੀਆ ਹੁੰਦਾ ਪਰ ਚਲੋ ਪਰ ਕਿਤਨਾ ਕਿਤ ਇੰਜ ਲੱਗ ਰਿਹਾ ਕਿ ਸਰਕਾਰ ਪਹਿਲਾਂ ਤੋਂ ਹੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿ ਚੱਲ ਰਹੀ ਹੈ ਕਿ 4 ਜੂਨ ਨੂੰ ਦਿੱਤੇ ਜਾਣੇ 3 ਜੂਨ ਨੂੰ ਸਰਕਾਰ ਨੇ 1 ਸਾਲ ਦਾ ਜਿਹੜਾ ਵਾਅਦਾ ਕਰਤਾ ਐ ਐਨਐਸ ਦੇ ਹਨੇ ਉਹਦੇ ਦੇਖੋ ਮਾਦਾ ਦੇ ਜਿਹੜਾ ਵਾ ਇਹ ਮਾਰਚ ਤੋਂ ਹੀ ਇਹਨਾਂ ਦੇ ਜਿਹੜਾ ਹੈਗਾ ਅਪ੍ਰੈਲ ਤੋਂ ਹੀ ਸ਼ੁਰੂ ਹੋ ਗਿਆ ਜਬ ਮਾਰਚ 18 ਮਾਰਚ ਤੋਂ ਉਹ ਜਿਹੜਾ ਸੀ ਕਹੇ ਤਿੰਨ ਤਿੰਨ ਮਹੀਨੇ ਦਾ ਸੀਗਾ ਪਰ ਇਹ ਸਿੱਧਾ 3 ਜੂਨ ਨੂੰ ਇੱਕ ਸਾਲ ਦਾ ਜਿਹੜਾ ਸਾਰਿਆਂ ਦੇ ਭਾਈ ਅਮਰਪਾਲ ਸਿੰਘ ਸਾਰੇ ਸਾਥੀਆਂ ਤੇ ਇੱਕ ਸਾਲ ਦਾ ਵਾਅਦਾ ਇਹ ਤੇ ਦੇਖੋ ਇਹਦੇ ਵਿਰੁੱਧ ਤੇ ਜਿੰਨੀਆਂ ਵੀ ਆਪਣੀਆਂ ਪੰਜਾਬ ਦੀਆਂ ਪੰਜਾਬ ਦੇ ਸਿੱਖਾਂ ਅਵ ਸੋਸਾਇਟੀਆਂ ਜਿੰਨੀਆਂ ਉਹਨਾਂ ਸਾਰਿਆਂ ਨੂੰ ਇਹਦੇ ਵਿਰੋਧ ਦਾ ਆਵਾਜ਼ ਉਠਾਉਣੀ ਚਾਹੀਦੀ ਆ ਕਿ ਜਦੋਂ ਜਿਹੜੇ ਮਕਸਦ ਵਾਸਤੇ ਸਰਕਾਰਾਂ ਦਾ ਜਿਹੜਾ ਲੋਕਾਂ 'ਚ ਪ੍ਰੋਪਾਗੈਂਡਾ ਕੀਤਾ ਗਿਆ ਹੈ ਕਿ ਲੋਕ ਜਿਹੜੇ ਆ ਉਹ ਏਦਾਂ ਭਾਈ ਅਮਰਪਾਲ ਸਿੰਘ ਐਉਂ ਕਰ ਰਿਹਾ ਜੇ ਕਰ ਰਿਹਾ ਉਹ ਲੋਕਾਂ ਨੇ ਸਿੱਧ ਕਰ ਦਿੱਤਾ ਕਿ ਅਸੀਂ ਲੋਕ ਉਹਦੇ ਨਾਲ ਉਹਨੂੰ ਕਿੰਨਾ ਪਿਆਰ ਕਰਦੇ ਆ ਇਹ ਤੇ ਇੱਕ ਹਲਕਾ ਹੀ ਹੋ ਸਕਦਾ ਜੇ ਦੋ ਹੋਰ ਜੋ ਹਲਕਿਆਂ ਦੇ ਵਿੱਚ ਵੀ ਕੋਈ ਕੈਂਡੀਡੇਟ ਖੜੇ ਹੁੰਦੇ ਤੇ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੁਣ ਲੱਗਦਾ ਕਿ ਉਹ ਪਰਿਵਾਰ ਵੱਲੋਂ ਪ੍ਰੋਗਰਾਮ ਲਿਖਿਆ ਜਾਊਗਾ ਦਿੱਲੀ ਜਾਣ ਦਾ ਚਾਹੇ ਅਧਿਕਾਰਕ ਤੌਰ ਤੇ ਹਲੇ ਤੱਕ ਜਿਹੜੀ ਤੁਹਾਨੂੰ ਰਾਤਤਾ ਦੇਖੋ ਅਹੀਂ ਇੱਕ ਪਰ ਟੈਲੀਫੋਨ ਤੇ ਜਾਂ ਇਧਰੋਂ ਪਤਾ ਕਰਾਂਗੇ ਜਿੱਦਾਂ ਦਾ ਹੋਏਗਾ ਉਹਦੇ ਮੁਤਾਬਕ ਕੁਝ ਪ੍ਰੋਸੀਜਰ ਕੀ ਪਾਸ ਬਣਾਉਂਦਾ ਹੁਣੇ ਪਤਾ ਦੇਖੋ ਕਿ ਸਾਨੂੰ ਇਹਦੇ ਬਾਰੇ ਕੋਈ ਹਾਂਜੀ ਕੋਈ ਬਿਲਕੁਲ ਕੋਸ਼ਿਸ਼ ਕਰਾਂਗੇ ਦੇਖੋ ਕਿ ਉੱਥੇ ਕਿੰਨੇ ਮੈਂਬਰ ਜਾ ਸਕਦੇ ਆ ਇੱਕ ਸਵਾਲ ਹੋਰ ਭਾਜੀ ਬਤੌਰ ਐਮਪੀ ਸੋ ਚੱਕ ਲੈਣਗੇ ਸੰਵਿਧਾਨਿਕ ਹੱਕ ਬਣ ਜਾਂਦਾ ਉਹ ਦੋਸਤ ਪਾਰਲੀਮੈਂਟ ਦੇ ਸੈਸ਼ਨ ਚ ਸ਼ਮੂਲਿਤ ਕਰਨ ਦਾ ਜਿਹੜੇ ਪਿਕਚ ਸੈਸ਼ਨ ਹੋਣਗੇ ਤੈਨੂੰ ਲੱਗਦਾ ਕਿ ਉਹਨਾਂ ਦੇ ਵਸਤੇ ਵੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਭਾਈ ਅਮਰਪਾਲ ਸਿੰਘ ਨੂੰ ਸੈਸ਼ਨ ਦਾ ਹਿੱਸਾ ਹਾਂ ਨਹੀਂ ਇਹ ਤਾਂ ਬਿਲਕੁਲ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਲੋਕਾਂ ਦੇ ਆ ਭਾਵਨਾਵਾਂ ਜਾਂ ਦੇਨ ਦਾ ਲੋਕਾਂ ਨੇ ਫਤਵਾ ਦਿੱਤਾ ਹੋਇਆ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਉਹ ਉੱਥੇ ਜਾ ਕੇ ਜਿਹੜਾ ਉਹਨਾਂ ਦਾ ਮੁੱਦਾ ਠਾਇਆ ਜਾਊਗਾ ਕਿ ਕੀ ਕੀ ਪ੍ਰੋਬਲਮ ਹੈ ਖਰੂਰ ਸਾਹਿਬ ਹਲਕੇ ਦੇ ਲੋਕਾਂ ਦੀ ਕਿਦਾਂ ਹੋਣ ਜਦਾਂ ਹੜਾ ਦਾ ਮੌਸਮ ਆ ਰਿਹਾ ਵਾ ਉਹ ਲੋਕਾਂ ਦੇ ਅਸੀਂ ਜਾਂਦੇ ਰਹੇ ਆ ਉਥੇ ਕਿੰਨੀਆਂ ਦਿੱਕਤਾਂ ਵਾਂ ਕਈ ਜਗ੍ਹਾ ਤੇ ਬੰਨ੍ਹ ਕਈ ਹੈ ਅੱਜ ਇੱਕ ਸਾਲ ਪਹਿਲਾਂ ਵੇਖੀ ਤੇ ਇਸ ਹਲਕੇ ਦੇ ਲੋਕਾਂ ਨੇ ਬੜਾ ਸੰਤਾਪ ਢੰਗਾਇਆ ਬੜਾ ਨੁਕਸਾਨ ਹੋਇਆ ਲੋਕਾਂ ਦਾ ਹਲੇ ਤੱਕ ਉਹਨਾਂ ਨੂੰ ਮੌਜੂ ਵੀ ਨਹੀਂ ਮਿਲੇ ਹਾਂ ਜੀ ਕਈ ਤਰ੍ਹਾਂ ਦੇ ਬਹੁਤ ਜ਼ਿਆਦੀਆਂ ਸਮੱਸਿਆਵਾਂ ਆਵਾਂ ਉਰ ਤੇ ਤਾਂ ਹੀ ਆ ਕੇ ਉਹਨਾਂ ਨੂੰ ਮੌਕਾ ਮਿਲੇਗਾ ਲੋਕਾਂ ਦੀ ਆਵਾਜ਼ ਉਥੇ ਠੋਣਗੇ ਬੇ ਬਾਕੀ ਦੇ ਨਾਲ ਲੋਕਾਂ ਦੇ ਜਿਹੜੇ ਮੁੱਦੇ ਉਹਨਾਂ ਨੂੰ ਠਾਉਣਗੇ ਤੇ ਇਹ ਜ਼ਰੂਰੀ ਆ ਅਸੀਂ ਤੇ ਕਹਿੰਦੇ ਜਿੰਨੇ ਹੋਰ ਵੀ ਪਾਰਲੀਮੈਂਟ ਮੈਂਬਰ ਆ ਜਾਂਦੀਆਂ ਆਪੋਜੀਸ਼ਨ ਪਾਰਟੀ ਵੀ ਆ ਉਹਨਾਂ ਨੂੰ ਵੀ ਇਹ ਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਲੈ ਕੇ ਉਹਨਾਂ ਨੂੰ ਐਨ ਫ੍ਰੀ ਹੋ ਕੇ ਜਿਹੜਾ ਵਾ ਉਥੇ ਸੈਂਟਰ ਦੇ ਵਿੱਚ ਹਸ ਲੈਣ ਦੇਣ ਤੁਹਾਡਾ ਸਰਦਾਰ ਤਿਰਸੇਮ ਸਿੰਘ ਜੋ ਅਮਰਪਾਲ ਸਿੰਘ ਦੇ ਪਿਤਾ ਨੇ ਉਹਨਾਂ ਨਾਲ ਗੱਲਬਾਤ ਹੋਈ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਦਿੱਲੀ ਲਈ ਰਵਾਨਾ ਹੋਣਗੇ ਨਹੀਂ ਉਹ ਤੇ ਦੇਖੋ ਗੱਲਬਾਤ ਹੈ ਘਰੋਂ ਆਏ ਆ ਤੇ ਘੜੀ ਚਲੇ ਜਾਣਾ ਵਾ ਅਸੀਂ ਜਾ ਕੇ ਜਿਹੜਾ ਵਾ ਉਹਨਾਂ ਨਾਲ ਕਰਾਂਗੇ ਤੁਹਾਨੂੰ ਤੇ ਦੱਸਿਆ ਕਿ ਅਸੀਂ ਪਤਾ ਕਰਾਂਗੇ ਵੀ ਕਿਵੇਂ ਕਿਹੜੇ ਮੈਂਬਰ ਜਾ ਸਕਦੇ ਆ ਕਿ ਹੋਰਨਾਂ ਨੂੰ ਵੀ ਕੋਈ ਸੰਸਕਰਾਂ ਨੂੰ ਵੀ ਕੋਈ ਮਿਲਦਾ ਦੀ ਆਗਿਆ ਤੇ ਫਿਰ ਉਹ ਹੋਸਦਾ ਹੋਰ ਵੀ ਸਾਡੇ ਨਾਲ ਮੈਂਬਰ ਜਾਣ ਤੇ ਜੇ ਨਹੀਂ ਤੇ ਜਿੰਨੇ ਜਿੰਦਿਆਂ ਦੀ ਆਗਿਆ ਕੋਈ ਮਿਲੇਗੀ ਉਸਦਾ ਜਿਹੜਾ ਜਾ ਜਾਊਗਾ ਤੋ ਬਿਲਕੁਲ ਹੁਣ ਤੱਕ ਦਾ ਸਭ ਤੋਂ ਵੱਡਾ ਅਪਡੇਟ ਇਹ ਹੈ ਕਿ ਲੰਬੀਆਂ ਕਿਆਸਰਾਈਆਂ ਤੋਂ ਬਾਅਦ ਇੰਤਜ਼ਾਰ ਤੋਂ ਬਾਅਦ ਆਖਰਕਾਰ ਪਾਈ ਅਮਰਿਤਪਾਲ ਸਿੰਘ ਨੂੰ ਬਤੌਰ ਐਮਪੀ ਸੋਹ ਚੱਕਨ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ ਤੇ 5 ਜੁਲਾਈ ਨੂੰ ਅਮਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਦੀ ਇੱਕ ਉੱਚ ਅਧਿਕਾਰੀਆਂ ਦੀ ਅਗਵਾਈ ਦੀ ਹੇਠਲੀ ਇੱਕ ਟੀਮ ਜਿਹੜੀ ਹੈ ਉਹ ਡਿਬੜੂਗੜ ਜੇਲ੍ਹ ਤੋਂ ਲੈ ਕੇ ਦਿੱਲੀ ਦੇ ਲਈ ਰਵਾਨਾ ਹੋਏਗੀ ਔਰ ਦਿੱਲੀ ਵਿਖੇ ਪਾਰਲੀਮੈਂਟ ਚ ਸੋਚਕਾਂਤ ਬਾਅਦ ਮੁੜ ਤੋਂ ਉਹਨਾਂ ਨੂੰ ਡਿਬੜੂਗੜ ਜੇਲ੍ਹ ਦੇ ਵਿੱਚ ਛੱਡਿਆ ਜਾਏਗਾ ਤੋਂ ਸਖਤ ਸੁਰੱਖਿਆ ਪ੍ਰਬੰਧਾ ਹੇਠ ਜੋ ਭਾਈ ਅਮਰਿਤਪਾਲ ਸਿੰਘ ਦੇਸ਼ ਦੀ ਰਾਜਧਾਨੀ ਚ ਪਹੁੰਚਣਗੇ ਔਰ ਸੋਚਕਾਂਤ ਬਾਅਦ ਮੁੜ ਤੋਂ ਉਹ ਜੇਲ੍ਹ ਦੇ ਲਈ ਰਵਾਨਾ ਹੋਣਗੇ ਇਹਦੇ ਨਾਲ ਮਨਿੰਦਰ ਪੂਰਾ ਪਰਿਵਾਰ ਦੇ ਵੱਲੋਂ ਵੀ ਜਿਹੜਾ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਕਿ ਹੁਣ ਤੱਕ ਦੇਰੀ ਹੋਈ ਹੈ ਪਰ ਜੇਕਰ ਇਸ ਤੋਂ ਬਾਅਦ ਵੀ ਜਦੋਂ ਅਮਰਿਤਪਾਲ ਸਿੰਘ ਸੌ ਚੁੱਕ ਲੈਣਗੇ ਤਾਂ ਜ਼ਾਹਰ ਤੌਰ ਦੇ ਉੱਤੇ ਕਿਉਂਕਿ ਵੱਡਾ ਮੰਡੇਟ ਲੋਕਾਂ ਨੇ ਦਿੱਤਾ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਤਾਂ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਖਡੂਰ ਸਾਹਿਬ ਦੇ ਲੋਕਾਂ ਨੂੰ ਉਮੀਦ ਹੋਏਗੀ ਕਿ ਸਾਡੇ ਹੱਕ ਦੀ ਗੱਲ ਹੋਵੇ ਤੇ ਜੇਕਰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੈਸ਼ਨ ਦੇ ਵਿੱਚ ਆਉਣ ਦੀ ਤਾਂ ਫਿਰ ਪਰਿਵਾਰ ਦਾ ਤੇ ਖਾਸ ਤੌਰ ਦੇ ਉੱਤੇ ਲੋਕਾਂ ਦਾ ਕੀ ਪ੍ਰਤੀਕਰਮ ਰਹਿਣ ਵਾਲਾ ਹੈ ਬਿਲਕੁਲ ਜ਼ਾਹਰ ਜੀ ਗੱਲ ਹੈ ਕਿ ਸੋਚ ਚੱਕਣ ਤੋਂ ਬਾਅਦ ਬਤੌਰ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਸੰਵਿਧਾਨਕ ਹੱਕ ਹੈ ਕਿ ਉਹ ਜੋ ਵੀ ਪਾਰਲੀਮੈਂਟ ਦੇ ਵਿੱਚ ਪੁਕ ਦੇ ਵਿੱਚ ਸੈਸ਼ਨ ਹੋਣਗੇ ਉਹਨਾਂ ਦਾ ਹਿੱਸਾ ਬਣ ਸਕਦੇ ਨੇ ਪਰ ਕਿਤੇ ਨਾ ਕਿਤੇ ਇਹ ਇੱਕ ਸਵਾਲ ਜ਼ਰੂਰ ਹੈ ਕਿ ਜੇਕਰ ਸਰਕਾਰ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੰਦੀ ਤਾਂ ਸ਼ਾਇਦ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਨਰਾਦਰ ਹੋਊਗਾ ਜੇ ਸੈਸ਼ਨ ਚ ਜਾਂਦੀ ਜਾਂ ਤਾਂ ਨਹੀਂ ਦਿੱਤੀ ਜਾਂਦੀ ਤੇ ਨੇ ਇਹਦੇ ਨਰਾਦਰ ਤੇ ਹੈ ਹੀ ਆ ਪਹਿਲਾਂ ਤੋਂ ਚੱਲ ਰਿਹਾ ਦੇਖੋ ਜਦੋਂ ਦਾ ਰਿਜ਼ਲਟ ਆਊਟ ਹੋਇਆ ਵਾ ਚਾਰਜ ਆਉਂਦਾ ਉਦੋਂ ਤੋਂ ਹੀ ਸਰਕਾਰ ਨੂੰ ਇਹ ਕਈ ਫੈਸਲੇ ਸਰਕਾਰ ਨੇ ਇਹੋ ਜਿਹੇ ਕੀਤੇ ਜਿਹੜੇ ਇਹਨਾਂ ਨੂੰ ਵਾਪਸ ਲੈਣੇ ਪਏ ਤੇ ਹੁਣ ਵੀ ਇਹਦੇ ਵਿੱਚ ਕੋਈ ਏਡੀ ਗੱਲ ਤੇ ਹੈ ਨਹੀਂ ਕਿ ਵੀ ਜੇ ਇਹਨਾਂ ਨੂੰ ਵਾਪਸ ਲੈਣਾ ਕਿ ਨਹੀਂ ਕੋਈ ਕੋਈ ਇਹਨਾਂ ਨੂੰ ਕੋਈ ਫਰਕ ਪੈ ਰਿਹਾ ਇਹ ਲੋਕਾਂ ਨੇ ਜਿਹੜਾ ਵਾ ਸੰਗਤਨ ਏਡਾ ਵੱਡਾ ਫਤਵਾ ਦਿੱਤਾ ਇਹਨਾਂ ਨੂੰ ਉਹਦਾ ਸਤਕਾਰ ਕਰਨਾ ਚਾਹੀਦਾ ਇਹਨਾਂ ਦੀ ਸਗੋਂ ਹੋਰ ਇਹਨਾਂ ਦੀ ਵਧੇਗੀ ਕਿ ਚਲੋ ਫਿਰ ਵੀ ਇਹਨਾਂ ਨੇ ਪਹਿਲਾਂ ਤੇ ਕਰਨਾ ਚਾਹੀਦਾ ਹੁੰਦਾ ਹੋਣੀ ਕੀਤਾ ਵਾ ਇਹ ਨਹੀਂ ਕਰਦੇ ਤੇ ਹੋਰ ਲੋਕਾਂ 'ਚ ਰੋਸ ਵਧੇਗਾ। ਜ਼ਾਰਦੀ ਗੱਲ ਹੈ ਜੀ ਹੋਰ ਜ਼ਿਆਦਾ ਵਧੇਗਾ ਜੇਕਰ ਇਜਾਜ਼ਤ ਪਿੱਛੇ ਨਹੀਂ ਦਿੱਤੀ ਜਾਂਦੀ। ਹਾਂ ਨਹੀਂ ਇਹ ਤਾਂ ਬਿਲਕੁਲ ਸੁਭਾਅਕੀ ਆ ਕਿ ਲੋਕਾਂ ਦੀ ਇੰਨੀਆਂ ਭਾਵਨਾਵਾਂ ਜੁੜੀਆਂ ਆਂ ਲੋਕ ਫੋਨ ਕਰ ਕਰਕੇ ਪੁੱਛ ਰਹੇ ਅਗਲਾ ਸਟੈਪ ਕੀ ਹੈ ਅਗਲਾ ਕੀ ਹੈ ਅਸੀਂ ਤਾਂ ਚਾਹੁੰਦੇ ਆ ਕਿ ਸਰਕਾਰ ਪ੍ਰੋਪਰ ਤਰੀਕੇ ਨਾਲ ਜਿਵੇਂ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਆਪਣਾ ਕੈਬਨਟ ਦੇ ਬਾਕੀ ਰਾਈਟ ਬਾਕੀ ਐਮਪੀਜ਼ ਦਾ ਹੈ ਇਹਨਾਂ ਨੂੰ ਵੀ ਮਿਲਣਾ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਤੇ ਸਰਕਾਰ ਇਹ ਤੇ ਤੁਰੰਤ ਫੈਸਲਾ ਲਵੇ ਇਹ ਕੋਈ ਈਡੀ ਵੱਡੀ ਗੱਲ ਨਹੀਂ ਹੈਗੀ ਸਰਕਾਰ ਫੈਸਲਾ ਜੇ ਸੈਂਟਰ ਨਾਲ ਵੀ ਆ ਤੇ ਆਪਣਾ ਕਰਕੇ ਫੈਸਲਾ ਜਿੱਦਾਂ ਹੁਣ ਇਹ ਸੌ ਚੱਕ ਸਮਾਗਮ ਬਾਰੇ ਵੀ ਦਿੱਤਾ ਵਾ ਇਸੇ ਤਰ੍ਹਾਂ ਉਹਨਾਂ ਦਾ ਰਹਿ ਕਰਕੇ ਵੀ ਵਾਪਸ ਲੈ ਸਕਦੇ ਤੇ ਕੋਈ ਗੱਲ ਨਹੀਂ ਇਹ ਲੋਕਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਹੈ ਤਾਂ ਬਿਲਕੁਲ ਇਹ ਲੋਕਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਇਹ ਸੰਵਿਧਾਨਕ ਹੱਕ ਹੈ ਕਿ ਵਿਖਦੇ ਵਿੱਚ ਕੋਈ ਵੀ ਜੋ ਸੈਸ਼ਨ ਹੁੰਦਾ ਪਾਰਲੀਮੈਂਟ ਦਾ ਤੇ ਉਸ ਦੇ ਵਿੱਚ ਵੀ ਪਾਈ ਅਮਰਿਤਪਾਲ ਸਿੰਘ ਨੂੰ ਸ਼ਾਮਲ ਹੋਣ ਦੀ ਜਿਹੜੀ ਹੈ ਜ਼ਾਤ ਜਰੂਰ ਦਿੱਤੀ ਜਾਵੇ ਬਿਲਕੁਲ ਮੈਂ ਇਧਰ ਬਹੁਤ ਬਹੁਤ